ਹੈਲੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਈ ਵਿਊਅਰਸ ਨੇ ਮੈਸੇਜ ਪਾਏ ਆ ਕਿ ਤੁਸੀਂ ਇੰਡੀਆ ਦੀ ਵੀਡੀਓ ਲਾਉਂਦੇ ਆ ਤੁਸੀਂ ਕੈਨੇਡਾ ਦੀ ਨਹੀਂ ਲਾਉਂਦੇ ਅਤੇ ਅਸੀਂ ਰਹਿੰਦੇ ਹਾਂ ਵਿਨੀਪੈਗ 'ਚ ਇਹ ਹੈਗਾ ਸਾਊਥ ਵਿਨੀਪੈਗ ਇਹ ਡਾਊਨਟਾਊਨ ਤੋਂ 14-15 ਕਿਲੋਮੀਟਰ ਦੂਰੀ 'ਤੇ ਆ ਅਤੇ 25 ਕੁ ਮਿੰਟ ਲੱਗਦੇ ਇੱਥੋਂ ਡਾਊਨਟਾਊਨ ਨੂੰ ਜਾਣ ਨੂੰ ਯੂਨੀਵਰਸਿਟੀ ਮੈਨੀਟੋਬਾ ਦੇ ਬਿਲਕੁਲ ਨਜ਼ਦੀਕ ਆ ਕੋਲ ਹੀ ਆ ਮਾਰਚ ਦਾ ਮਹੀਨਾ ਆ ਸਨੋਅ ਪਈ ਆ ਜ਼ਿਆਦਾਤਰ ਤਾਂ ਪਿਘਲ ਗਈ ਆ ਥੋੜ੍ਹੀ ਬਹੁਤ ਰਹਿ ਗਈ ਆ ਉਹ ਵੀ ਚਲ ਜਾਣੀ ਹੁਣ ਅਤੇ ਆਪਾਂ ਹੁਣ ਕਾਰ 'ਚ ਬੈਠਦੇ ਹਾਂ ਅਤੇ ਤੁਹਾਨੂੰ ਸੈਰ ਕਰਾਉਂਦੇ ਹਾਂ ਸਾਊਥ ਵਿਨੀਪੈਗ ਦੀ ਚਲੋ ਦੇਖੀਏ ਕੀ ਹੁੰਦਾ ਸਾਊਥ ਵਿਨੀਪੈਗ 'ਚ ਏਰੀਆ ਨਵਾਂ ਆ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਸਾਡੇ ਕੋਲ ਸਾਡਾ ਅਸਿਸਟੈਂਟ ਬੈਠਾ ਉਹ ਵੀਡੀਓ ਬਣਾ ਰਿਹਾ ਅਤੇ ਆਹ ਨਵੇਂ ਘਰ ਬਣੇ ਆ ਥੋੜ੍ਹਾ ਚਿਰ ਹੋ ਗਿਆ ਸਾਲ ਦੋ ਸਾਲ ਹੋਏ ਜਿਹੜੇ ਕਾਰੋਬਾਰ ਇਹ ਹੈਗੇ ਆ 6-7 ਲੱਖ ਦੇ ਰੇਂਜ 'ਚ 5-6 ਤੋਂ ਸ਼ੁਰੂ ਹੋ ਜਾਂਦੇ ਹੋਣੇ ਆ ਅਤੇ ਆਪਾਂ ਥੋੜ੍ਹੇ ਹੁਣ ਅਗਲੀ ਸਟਰੀਟ 'ਚ ਵੜਦੇ ਹਾਂ ਅਤੇ ਦੇਖਦੇ ਕਿੱਦਾਂ ਦੇ ਘਰ ਵਾ ਆਹ ਘਰ ਜਿਹੜੇ ਨਵੇਂ ਬਣੇ ਆ ਇਹ ਮਹਿੰਗੇ ਆ ਨਵੇਂ ਡਿਜ਼ਾਇਨ ਇਹਨਾਂ ਦੇ ਇੰਡੀਆ ਵਰਗੇ ਆ ਇਹ ਕਾਰਾਂ ਦੀ ਕੀਮਤ ਹੋਣੀ ਆ 1-1.2 ਜਾਂ 10-12 ਲੱਖ ਜਿਹੜੇ ਇੱਧਰ ਕਾਰੋਬਾਰ ਇਹ ਹੈਗੇ ਆ 7-8-9 ਲੱਖ ਦੇ ਜੇ ਤੁਸੀਂ ਇੱਧਰ ਆਉਣਾ ਵਿਨੀਪੈਗ 'ਚ ਮੂਵ ਹੋਣਾ ਆ ਇਹ ਵਧੀਆ ਏਰੀਆ ਹੈ ਘਰ ਸੋਹਣੇ ਆ ਸੈਟਰਡੇ ਇਸ ਕਰਕੇ ਕੋਈ ਬਾਹਰ ਨਹੀਂ ਨਿਕਲ ਰਿਹਾ ਇਹ ਕਰੋਨਾ ਵਾਇਰਸ ਦਾ ਬਹੁਤ ਫੈਲਿਆ ਹੈ ਡਰ ਚਲੋ ਇੱਧਰ ਨੂੰ ਜਾਂਦੇ ਹਾਂ ਦੇਖ ਕੇ ਮੁੜ ਕੇ ਆਹ ਸਟਰੀਟ ਹੈਗੀ ਹੈ ਬਰਾਇਰ ਵੁੱਡ ਏਰੀਆ ਵੀ ਨਵਾਂ ਹੀ ਆ ਆਹ ਵੀ ਘਰ ਇੰਨੇ ਕੁ ਰੇਂਜ 'ਚ ਆ 6-7 ਲੱਖ ਛੋਟੇ ਵੀ ਹੈਗੇ ਆ ਜਿਹਨਾਂ ਦੀ ਇਮੇਜ ਜਿਹੜਾ ਘੱਟ ਵਾ ਇਸ ਵੇਲੇ
ਸਾਢੇ ਛੇ ਹੋ ਗਏ ਆ ਤੇ ਟੈਂਪਰੇਚਰ ਹੈਗਾ ਮਾਈਨਸ 7 ਪਰ ਹਵਾ ਦੇ ਨਾਲ ਜ਼ਰਾ ਜ਼ਿਆਦਾ ਹੋ ਜਾਣੀ ਠੰਡ ਇੱਥੋਂ ਯੂਨੀਵਰਸਿਟੀ ਮੈਨੀਟੋਬਾ ਨੂੰ ਲੱਗਦੇ ਆ 10 ਮਿੰਟ ਅਤੇ ਯੂਨੀਵਰਸਿਟੀ ਵਿਨੀਪੈਗ ਨੂੰ ਲੱਗਦੇ ਆ 20-25 ਮਿੰਟ ਉਹ ਯੂਨੀਵਰਸਿਟੀ ਵਿਨੀਪੈਗ ਜਿਹੜੀ ਆ ਉਹ ਡਾਊਨ ਟਾਊਨ 'ਚ ਆ ਜਾਂਦੀ ਹੈ MITT ਜਿਹੜਾ ਕਾਲਜ ਆ ਜਿਹੜਾ ਸਾਊਥ 'ਚ ਪੈਂਦਾ ਆ ਉਹਨੂੰ ਲੱਗਦੇ ਆ ਉਹਨੂੰ 5-10 ਮਿੰਟ ਲੱਗਦੇ ਆ ਇੱਥੋਂ ਟ੍ਰੈਫਿਕ 'ਤੇ ਡਿਪੈਂਡ ਕਰਦਾ ਬਟ ਨੇੜੇ ਆ ਕਾਫੀ ਜਿਹੜਾ ਪੈਮਨਾ 'ਤੇ ਆ ਉਹ ਜਿਹੜਾ ਕਿ ਉਹਨੂੰ 10-15 ਮਿੰਟ ਲੱਗ ਜਾਂਦੇ ਆ ਇਹ ਏਰੀਆ ਵਧੀਆ ਜੇ ਤੁਸੀਂ ਮੂਵ ਆਉਣਾ ਚਾਹੁੰਦੇ ਹੋ ਇੱਧਰ ਆ ਸਕਦੇ ਹੋ ਰੈਂਟ 'ਤੇ ਵੀ ਮਿਲ ਜਾਂਦੇ ਆ ਤੁਸੀਂ ਮੁੱਲ ਵੀ ਲੈ ਸਕਦੇ ਆ ਜੇ ਤੁਸੀਂ ਮੁੱਲ ਲੈਣਾ ਹੈ ਬਟ ਏਰੀਆ ਨਵਾਂ ਹੈ ਕੰਸਟਰਕਸ਼ਨ ਚੱਲੀ ਜਾਂਦਾ ਹੈ ਆਪਾਂ ਸਾਊਥ ਦੇ ਪੁਆਇੰਟ ਨੂੰ ਕਹਿੰਦੇ ਆ ਆਪਾਂ ਹੁਣ ਚੱਲਦੇ ਹਾਂ ਇੱਕ ਏਰੀਆ ਨੂੰ ਕਹਿੰਦੇ ਆ ਰਿਚਮੰਡ ਵੈਸਟ ਉਹ ਇਹਦੇ ਨਾਲ ਹੀ ਲੱਗ ਜਾਂਦਾ ਹੈ ਰਿਚਮੰਡ ਵੈਸਟ ਅਤੇ ਵਿੱਚ ਹੈਗਾ ਇੱਕ ਏਰੀਆ ਫੋਰਟ ਰਿਚਮੰਡ ਉਹ ਬਿਲਕੁਲ ਯੂਨੀਵਰਸਿਟੀ ਦੇ ਕੋਲ ਵਾ ਉੱਥੇ ਬੱਸਾਂ ਵੀ ਆ ਜਾਂਦੀਆਂ ਜੇ ਸਟੂਡੈਂਟ ਨੇ ਜਾਣਾ ਉੱਥੇ ਜੇ ਰਹਿਣਾ ਪਸੰਦ ਕਰਦੇ ਆ ਪਾਰਕ ਹੈਗੀ ਆ ਇਹਨੂੰ ਕਹਿੰਦੇ ਆ ਸਾਊਥ ਪੁਆਇੰਟ ਪਾਰਕ ਜਿਨ੍ਹਾਂ ਪਾਰਕ ਇਹਦਾ ਨਾਂ ਰੱਖਿਆ JINAH ਪਾਰਕ ਆਹ ਜਿਹੜੇ ਘਰ ਵਾ ਹਾਲੇ ਨਵੇਂ ਬਣ ਰਹੇ ਇਹ ਵੀ ਦੇਖ ਲੈਂਦੇ ਹਾਂ ਸੋਹਣੇ ਘਰ ਵਾ ਇਹਨਾਂ ਦੀ ਕੀਮਤ ਹੈਗੀ ਆ 12-15 ਲੱਖ ਬਟ ਤੁਸੀਂ 8-9 ਲੱਖ ਇਸ ਰੇਂਜ ਵੀ ਆ ਜਾਂਦੇ ਆ ਸਾਊਥ ਪੁਆਇੰਟ 'ਚ ਨਿਕਲਦੇ ਹਾਂ ਆਪਾਂ ਆ ਜਾਂਦੇ ਹਾਂ ਰਿਚਮੰਡ ਵੈਸਟ ਦੇ ਵਿੱਚ ਰਿਚਮੰਡ ਵੈਸਟ ਦੀ ਆਪਾਂ ਕਿਸੇ ਹੋਰ ਦਿਨ ਬਣਾਉਂਗੇ ਬਟ ਅੱਜ ਦੇ ਦਿਨ ਵਾਸਤੇ ਆ ਏਰੀਆ ਸੀਗਾ ਇਹਨੂੰ ਕਹਿੰਦੇ ਸਾਊਥ ਪੁਆਇੰਟ